ਇਹ ਵਾਈਟ ਤੇ ਆਇਆ ਸੀਗਾ ਤੇ ਹੁਣ ਕਲਰਫੁਲ ਚ ਆਇਆ, ਬਹੁਤ ਸੋਹਣਾ ਘੇਰਾ ਬਣਿਆ ਹੈ, ਛੋਟੇ ਛੋਟੇ ਮੋਰ ਹੈ ਇਹਦੇ ਵਿੱਚ, ਬਾਰਡਰ ਬਣਿਆ ਹੈ, ਬਹੁਤ ਹੀ ਪਿਆਰਾ ਕਲਰ ਹੈ। ਇਹ ਦੁਪੱਟਾ ਹੈ, 3500 ਦਾ ਰੇਟ ਆ, ਪਲੇਨ ਇਹਦੀ ਸਲਵਾਰ ਆ, ਠੀਕ ਹੈ। ਅਤੇ ਤੁਸੀਂ ਕੁਛ ਵੀ ਸਲਵਾਰ ਬਣਾ ਲਓ, ਪਲਾਜ਼ੋ ਬਣਾ ਲਓ, ਸ਼ਰਾਰਾ ਬਣਾ ਲਓ, ਬਹੁਤ ਪਿਆਰੀ ਲੁੱਕ ਆਏਗੀ। ਲੈਮਨ ਸ਼ੇਡ ਦੇਖੋ ਨਾ, ਇਹਦਾ ਫੈਬਰਿਕ ਵੀ ਬਹੁਤ ਵਧੀਆ ਹੈ, ਇਹਦਾ ਸੋਫਟ ਹੈ, ਇਹ ਥੋੜ੍ਹਾ ਜਿਹਾ ਅਲੱਗ ਸਟੱਫ ਲਵਾਇਆ ਵਾ, ਬਹੁਤ ਸੋਹਣਾ ਸਟੱਫ ਆ। ਘੇਰਾ ਇਸ ਤਰ੍ਹਾਂ ਸਲਾਈਟਿੰਗ ਜਾਂ ਟੇਢਾ ਜਿਹਾ ਫਲਾਵਰ ਆ, ਬਹੁਤ ਹੀ ਪਿਆਰੀ ਸ਼ੇਡ ਆ, ਪਲੇਨ ਇਹਦੇ ਨਾਲ ਸਲਵਾਰ ਆ, 3500 ਇਹਦਾ ਰੇਟ ਆ। ਅਤੇ ਦੇਖੋ ਕਿੰਨਾ ਪਿਆਰਾ ਇਹਦਾ ਦੁਪੱਟਾ ਹੈ, ਦੁਪੱਟਿਆਂ ਦਾ ਹੀ ਇਹਦੇ ਇਹ ਵਾਲੇ ਸੂਟਾਂ ਦੀ ਫੈਬਰਿਕ ਬਹੁਤ ਪਿਆਰਾ ਹੈ, ਦੁਪੱਟਿਆਂ ਦੀ ਬਹੁਤ ਗ੍ਰੇਸ ਆ, ਡਿਜ਼ਾਇਨਿੰਗ ਕਰਕੇ ਸੂਟ ਦੇ ਨਾਲ ਮੈਚਿੰਗ ਇਸ ਤਰ੍ਹਾਂ ਦੁਪੱਟਾ ਲਿਆ ਹੋਇਆ ਅਤੇ ਬਹੁਤ ਸਰਦਾਰੀ ਸੂਟ ਬਣਦਾ ਹੈ। ਬਹੁਤ ਹੀ ਪਿਆਰਾ ਲਾਈਟ ਜਿਹਾ ਮੂਵ, ਲਾਈਟ ਪਿੰਕ ਸ਼ੇਡ ਦੇਖੋ ਕਿੰਨੀ ਸੋਹਣੀ ਹੈ, ਠੀਕ ਹੈ, ਬਹੁਤ ਪਿਆਰਾ ਸੂਟ, ਬੇਬੀ ਪਿੰਕ ਇਹਦੇ ਨਾਲ ਸਲਵਾਰ, ਫੋਰ ਸਾਈਡ ਇਹਦਾ ਦੁਪੱਟਾ, ਬਹੁਤ ਸੋਹਣਾ ਸੂਟ ਆ। ਜਲਦੀ ਜਲਦੀ ਸਕਰੀਨਸ਼ੋਟ ਸੈਂਡ ਕਰ ਦਿਓ, ਜਿੰਨੇ ਜਿੰਨੇ ਸਟਿਚ ਕਰਾਉਣੇ ਆ ਆਰਡਰ ਦੇ ਦਿਓ, ਕਿਉਂਕਿ ਰੱਖੜੀ ਵਾਲੇ ਦਿਨ ਸਾਡੀ ਸ਼ੋਪ ਕਲੋਜ਼ ਰਹਿਣੀ ਆ।